अस्सलाम वालेकुम जी दोस्तों, की हाल चाल ने तुहाडे? ठीक ठाक हो, खैर खरीयत दे नाल हो। मैं इस्लामाबाद आया सी अपने ऑफिशियल टूर ते, एक काम छोटा जिहा होर स्टार्ट कीता सी उस हवाले ना, ते इस्लामाबाद आईए ते फिर इस्लामाबाद दे विच कुछ चंद एक साडियां सहेलियां ऐसियां है ने कि उन्हां तों बगैर जिहड़ा ना सानू साडे दिल नूं पूरी तस्कीन ही नहीं पहुंचदी। ਅਤੇ ਉਹਨਾਂ ਬਿਹਤਰੀਨ ਦੋਸਤਾਂ ਦੇ ਵਿੱਚ ਮੇਰੇ ਬੜੇ ਮੁਹੱਬਤ ਵਾਲੇ ਪਿਆਰ ਵਾਲੇ ਭਾਈ ਨੇ, ਰਾਜਾ ਸਜਾਦ ਸਾਹਿਬ, ਇਹਨਾਂ ਦੀ ਅਸੀਂ ਛੱਤ 'ਤੇ ਅੱਜ ਮੌਜੂਦ ਹਾਂ। ਔਰ ਬੜੀ ਸ਼ਫਕਤ ਕਰਦੇ ਆ ਮੇਰੇ ਨਾਲ, ਬੜੀ ਮੁਹੱਬਤ ਕਰਦੇ ਆ, ਔਰ ਹਮੇਸ਼ਾ ਮਤਲਬ ਪਿਆਰ ਇਹਨਾਂ ਦਾ ਇੰਝ ਹੀ ਜਿਸ ਤਰ੍ਹਾਂ ਕੋਈ ਵੱਡਾ ਆਪਣੇ ਛੋਟਿਆਂ ਦੇ ਨਾਲ ਪਿਆਰ ਕਰਦਾ, ਇੰਨੀ ਮੇਰੇ ਨਾਲ ਮੁਹੱਬਤ ਕਰਦੇ ਮਾਸ਼ਾਅੱਲਾ। ਅਤੇ ਬੜੇ ਆਲਾ ਇਹਨਾਂ ਦੇ ਕੋਲ ਕਬੂਤਰ ਨੇ, ਚੈਂਪੀਅਨ ਛੱਤ ਹੈ। ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਮਤਲਬ ਮਤਵਾਤਰ ਖੇਡਣ ਵਾਲੀ ਛੱਤ ਆ, ਕਦੀ ਇਹ ਨਹੀਂ ਦੇਖਿਆ ਕੋਈ ਵੀ ਟੂਰਨਾਮੈਂਟ ਪਿੰਡੀ ਇਸਲਾਮਾਬਾਦ ਦਾ ਹੋਇਆ ਅਤੇ ਛੱਤ ਵਿੱਚ ਸ਼ਾਮਿਲ ਹੋਈ ਹੈ, ਔਰ ਪਰਫਾਰਮੈਂਸ ਵੀ ਮਾਸ਼ਾਅੱਲਾ ਬੜੀ ਆਲਾ। ਔਰ ਹੁਣ ਤਾਂ ਇਸ ਵਕਤ ਉਸਤਾਦ ਅਹਿਮਦ ਕੰਬਰ ਸਾਹਿਬ ਦੀ ਇਹਨਾਂ ਦੇ ਕੋਲ ਉਸਤਾਦੀ ਵੀ ਹੈ, ਔਰ ਜ਼ਾਹਰੀ ਗੱਲ ਹੈ ਕਿ ਕਬੂਤਰਬਾਜ਼ੀ ਦੇ ਇੱਕ ਲੈਜੈਂਡ ਉਸਤਾਦ ਨੇ ਉਹ, ਔਰ ਉਹਨਾਂ ਨੇ ਆਪਣਾ ਨਾਮ ਔਰ ਆਪਣਾ ਮੁਕਾਮ ਬਣਾਇਆ ਕਬੂਤਰਾਂ ਦੇ ਵਿੱਚ। ਅਤੇ ਉਹਨਾਂ ਦੇ ਕਬੂਤਰ ਵੀ ਜਿਹੜੇ ਡੈਡੀ ਕਬੂਤਰ ਨੇ ਖਾਸ ਕਰ, ਉਹਨਾਂ ਦਾ ਤੁਹਾਨੂੰ ਸ਼ੌਕ ਕਰਵਾਉਣਾ ਮੈਂ। ਔਰ ਉਸ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਸਜਾਦ ਬਾਈ ਨਾਲ ਗੱਪਸ਼ਪ ਕਰਦੇ ਹਾਂ ਔਰ ਤੁਹਾਨੂੰ ਮੁਲਾਕਾਤ ਕਰਾਉਂਦੇ ਹਾਂ ਸਜਾਦ ਬਾਈ ਦੇ ਨਾਲ। ਔਰ ਪਿੰਡੀ ਇਸਲਾਮਾਬਾਦ ਦੇ ਵਿੱਚ ਜਿਸ ਤਰ੍ਹਾਂ ਕਿ ਮਿਹਰਬਾਨਾਂ ਦੀ ਗੱਲ ਕਰ ਰਿਹਾ ਸੀ ਮੈਂ, ਸਰ ਮੇਰੇ ਭਾਈ ਨੇ ਵੱਡੇ ਬੜੇ ਕਾਬਲ ਇਹਤਰਾਮ ਨੇ, ਜਨਾਬ ਸੱਯਦ ਅਸਦ ਸ਼ਾਹ ਸਾਹਿਬ ਔਰ ਵਸੀਮ ਆਰਫ ਸਾਹਿਬ, ਔਰ ਇਸ ਤਰ੍ਹਾਂ ਕਾਫੀ ਦੋਸਤ ਮੇਰੇ ਹੈ ਨੇ, ਸਿਕੰਦਰ ਭਾਈ ਨੇ, ਰਾਜਾ ਸਾਹਿਬ ਨੇ, ਬਹੁਤ ਪਿਆਰ ਵਾਲੇ ਦੋਸਤ ਨੇ ਪਿੰਡੀ ਇਸਲਾਮਾਬਾਦ ਦੇ ਵਿੱਚ। ਦੋਸਤ ਮੈਨੂੰ ਦੇਖ ਰਹੇ ਨੇ ਔਰ ਸਲਾਮ ਕਹਿ ਰਹੇ ਨੇ ਸਭ ਨੂੰ, ਵਾਲੇਕੁਮ ਅਸਲਾਮ ਜੀ। ਇਮਰਾਨ ਰਜ਼ਾ ਸ਼ਾਹ ਸਾਹਿਬ ਕੀ ਹਾਲ ਹੈ, ਖਰੀਏ ਤੇ ਰਾਜ਼ੀ ਹੋ ਪੀਰ ਜੀ? ਜੀ ਦੋਸਤੋ, ਕੈਮਰੇ ਦਾ ਰੁੱਖ ਕਰਦੇ ਆ ਸਜਾਦ ਭਾਈ ਆ। ਅਸਲਾਮ ਵਾਲੇਕੁਮ ਜੀ। ਜੀ ਵਾਲੇਕੁਮ ਸਲਾਮ, ਕੀ ਹਾਲ ਨੇ, ਸੋਹਣੇ ਹੋ ਤੁਹਾਡੇ? ਸ਼ੁਕਰ ਭਾਈ ਜੀ, ਸਭ ਖੈਰ ਖਰੀਏ ਤੇ, ਅੱਲਾ ਪਾਕ ਨੇ ਕਰਮ ਜੀ, ਮਾਸ਼ਾਅੱਲਾ। ਤੇ ਸਭ ਤੋਂ ਪਹਿਲੇ ਤੇ ਤੁਹਾਨੂੰ ਕੀ ਉਹਦਾ ਨਾਮ ਹੈ, ਆਪਣੀ ਨਵੀਂ ਜਿਹੜੀ ਤੁਸੀਂ ਉੱਪਰ ਛੱਤ ਬਣਾਈ ਹੈ ਇਹਦੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਕਿ ਦੂਜੇ ਨੰਬਰ ਦੇ ਉੱਤੇ ਮੈਨੂੰ ਇਹ ਦੱਸੋ ਕਿ ਮਾਸ਼ਾਅੱਲਾ ਇਸ ਸਿਟੀ ਦੇ ਵਿੱਚ ਚੈਂਪੀਅਨ ਲੈਵਲ ਦੇ ਉੱਪਰ ਤੁਸੀਂ ਪਰਫਾਰਮੈਂਸ ਦਿਖਾਈ ਹੈ। ਫਿਰ ਤੁਸੀਂ ਹੁਣੀ ਜ਼ਿਕਰ ਹੋ ਰਿਹਾ ਸੀ ਆਫ ਦ ਰਿਕਾਰਡ ਕਿ ਤੁਸੀਂ ਕਿਹਾ ਮੈਂ ਗਿਆ ਉੱਥੇ ਦੁਬਈ ਔਰ ਆਪਣੇ ਉਸਤਾਦ ਦੇ ਕੋਲ ਗਿਆ ਅਤੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਆ ਮੈਂ ਕੁਛ ਚੀਜ਼ਾਂ ਤੈਨੂੰ ਸਿਖਾਵਾਂ ਉਸਤਾਦ ਅਹਿਮਦ ਕੰਬਰ ਸਾਹਿਬ ਨੇ, ਅਤੇ ਉਹਨਾਂ ਨੇ ਕਿਹੜੀਆਂ ਗੱਲਾਂ ਤੁਹਾਡੇ ਨਾਲ ਐਸੀਆਂ ਕੀਤੀਆਂ ਉੱਥੇ ਬੁਲਾ ਕੇ, ਜਾਂ ਕੀ ਤੁਸੀਂ ਉੱਥੋਂ ਸਿੱਖਿਆ ਹੈ? ਭਜਨ ਕਬੂਤਰਬਾਜ਼ੀ ਨੇ ਸਾਰੇ ਰਮੂਜ਼ ਜਿਹੜੇ ਸੀ ਉਹ ਉਸਤਾਦ ਨੇ ਸਿਖਾਏ ਨੇ। ਅੱਛਾ, ਦੇਖੋ ਜੀ, ਕਬੂਤਰਬਾਜ਼ੀ 'ਚ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਉਹ ਫਿਰ ਸ਼ੌਕ ਹੋਣਾ ਚਾਹੀਦਾ। ਦੂਸਰੀ ਗੱਲ ਹੈ ਭਾਈ ਜਾਨ ਕਿ ਆਪਣੇ ਜਿਤਨੇ ਤੁਸਾਂ ਨੇ ਹਰੀਫ ਨੇ ਉਹਨਾਂ ਨਾਲ ਬੜਾ ਤੁਸਾਂ ਨਾਲ ਪਿਆਰ ਮੁਹੱਬਤ ਨਾਲ ਰਿਸ਼ਤਾ ਹੋਣਾ ਚਾਹੀਦਾ ਜੀ, ਇੱਜ਼ਤ ਨਾਲ, ਹਰ ਬੰਦੇ ਨੇ ਇੱਜ਼ਤ ਕਰਨੀ ਚਾਹੀਦੀ ਭਾਈ ਜਾਨ। ਇਸੀ ਵਜ੍ਹਾ ਨਾਲ ਸ਼ੌਕ ਵਧਣਾ ਹੈ, ਮੁਖਾਲਫਤ ਨਹੀਂ ਹੋਣੀ ਚਾਹੀਦੀ। ਸਹੀ ਗੱਲ ਹੈ। ਤੇ ਚਾਰ ਚੀਜ਼ਾਂ, ਤਿੰਨ ਗੱਲਾਂ ਉਹਨਾਂ ਜਿਹੜੀਆਂ ਦੱਸੀਆਂ, ਜ਼ਰਾ ਦੱਸੋ ਨਾ ਦੋਸਤਾਂ ਨੂੰ ਵੀ ਪਤਾ ਚੱਲੇ ਕਿ ਉਹਨਾਂ ਨੇ ਤੁਹਾਨੂੰ ਨਸੀਹਤ ਕੀ ਕੀਤੀ ਹੈ। ਭਜਨ ਸਭ ਤੋਂ ਪਹਿਲੀ ਗੱਲ ਇਹ, ਸ਼ੌਕ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ। ਠੀਕ ਹੈ। ਦੂਸਰੀ ਚੀਜ਼ ਹੈ ਭਜਨ, ਕਦੇ ਤੁਸੀਂ ਆਪਣੇ ਹਰੀਫ ਨਾਲ ਦੁਸ਼ਮਣੀ ਨਾ ਰੱਖੋ, ਬੁਗਜ਼ ਨਾ ਰੱਖੋ, ਹਮੇਸ਼ਾ ਉਸਦੀ ਇੱਜ਼ਤ ਕਰੋ। ਤੀਸਰਾ, ਭਜਨ ਕਬੂਤਰਬਾਜ਼ੀ 'ਚ ਕਦੇ ਬੇਈਮਾਨੀ ਨਾ ਕਰੋ। ਭਜਨ ਹਾਰ ਕਬੂਲ ਕਰੋ, ਬੇਈਮਾਨੀ ਬਹੁਤ ਹੀ ਗੰਦੀ ਚੀਜ਼ ਨੇ। ਸਾਡੇ ਜਿਤਨੇ ਬੰਦੇ ਨੇ ਭਾਈ ਦੇਖ ਰਹੇ ਸੁਣ ਰਹੇ ਭਜਨ ਨੇ ਸ਼ੌਕੀਨ ਨੇ ਸਾਡੀ, ਉਹਨਾਂ ਨੂੰ ਭਜਨ ਇਹ ਮੁਖਲਸਾਨਾ ਮਸ਼ਵਰਾ ਹੈ ਕਿ ਹਮੇਸ਼ਾ ਫੇਰ ਸ਼ੌਕ ਕਰੋ, ਕਦੇ ਬੇਈਮਾਨੀ ਵਾਲੀ ਸਾਈਡ ਤੇ ਨਾ ਜਾਓ। ਹਾਰ ਜਾਓ ਭਾਈ ਜਾਨ, ਬੇਈਮਾਨੀ ਨਾ ਕਰੋ, ਬਹੁਤ ਅੱਛਾ, ਔਰ ਮਿਹਨਤ ਕਰੋ ਭਾਈ ਜਾਨ, ਅੱਲਾ ਪਾਕ ਇਨਸ਼ਾਅੱਲਾ ਸਿਲਾ ਦੇਣਾ ਹੈ ਬੇਸ਼ੱਕ। ਅੱਛਾ, ਉੱਥੇ ਤੁਸੀਂ ਕੀ ਉਹਦਾ ਨਾਮ, ਕਬੂਤਰਾਂ ਦੀ ਸ਼ਕਲ ਦੇ ਵਿੱਚ ਕੀ ਦੇਖਿਆ, ਕਿਹੜੇ ਕਬੂਤਰ ਉਹਨਾਂ ਦੇ ਕੋਲ ਜ਼ਿਆਦਾ ਕੰਮ ਕਰ ਰਹੇ ਨੇ, ਕਿਉਂਕਿ ਸਾਰੇ ਉੱਥੇ ਅਰਬੀ ਨੇ ਜਿੰਨੇ ਵੀ ਨੇ, ਤੇ ਕਬੂਤਰਾਂ ਨੂੰ ਕਿਹੜੇ ਕਬੂਤਰਾਂ ਨੂੰ ਪਸੰਦ ਕਰਦੇ ਨੇ, ਔਰ ਉੱਥੇ ਦਾ ਮੌਸਮ, ਇੱਥੇ ਦਾ ਮੌਸਮ ਕੀ ਫਰਕ ਹੈ? ਭਾਈ ਜਾਨ, ਇੱਥੇ ਮੌਸਮ ਔਰ ਕਿਸਮ ਨੇ, ਉੱਥੇ ਗਰਮੀ ਬੜੀ ਜ਼ਿਆਦਾ ਹੈ। ਉੱਥੇ ਤਕਰੀਬਨ ਭਾਈ ਜਾਨ ਜ਼ਿਆਦਾ ਟੇਡੀ ਕਬੂਤਰ ਨੇ ਜਾਂ 10-15% ਲਾਲ ਲੱਖ ਨੇ ਕਬੂਤਰ ਨੇ। ਠੀਕ ਹੈ। ਸਾਡੇ ਉਸਤਾਦ ਕੋਲ ਟੇਡੀ ਕਬੂਤਰ ਨੇ, ਮੱਗਰ ਕਬੂਤਰ ਹੈ
5 और गोल्डन कबूतर है लाल बादशाह, तीन ब्रीडा ने माशाल्लाह तीनों ने बड़ा अच्छा रिजल्ट है, तो साढ़े को भी उन्होंने रिजल्ट माशाल्लाह बहुत अच्छा है। जिंदाबाद। ਤੇ ਦੂਸਰੇ ਨੰਬਰ ਤੇ ਮੈਨੂੰ ਇਹ ਦੱਸੋ ਕਿ ਉੱਥੇ ਉਸਤਾਦ ਕੋ ਤੁਸੀਂ ਗਏ ਸੀ, ਫਿਰ ਤੁਸੀਂ ਉੱਥੇ ਟੂਰਨਾਮੈਂਟ ਵੀ ਉਡਾਇਆ ਆਪਣੇ ਹੱਥੀ। ਜੀ ਜੀ। ਕਿੰਨੇ ਵਜੇ ਤੱਕ ਉੱਥੇ ਕਬੂਤਰ ਬੈਠਦੇ ਰਹੇ? ਮਾਸ਼ਾਅੱਲਾ ਭਾਈ ਜਾਨ, ਉਸਤਾਦ ਨੇ ਬਹੁਤ ਅੱਛਾ ਇੱਕ ਰਿਕਾਰਡ ਹੈ, ਬਹੁਤ ਅੱਛੇ ਕਬੂਤਰ ਉੱਡਨੇ ਨੇ ਉਸਤਾਦ ਨੇ। ਠੀਕ ਹੈ। ਪੂਰੀ ਦੁਬਈ ਵਿੱਚ ਉਸਤਾਦ ਦਾ ਇੱਕ ਮੁਕਾਮ ਹੈ, ਸ਼ੌਕੀਨ ਹੀ ਬਹੁਤ ਅੱਛਾ ਹੈ ਔਰ ਇਨਸਾਨ ਹੀ ਬਹੁਤ ਅੱਛਾ ਹੈ, ਬਹੁਤ ਅੱਛਾ ਖਿਲਾੜੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਇੱਥੇ ਤੁਹਾਡੇ ਕੋਲ ਇਸ ਛੱਤ ਤੋਂ ਜਿੱਥੇ ਅਸੀਂ ਬੈਠੇ ਹਾਂ, ਇੱਥੇ ਕਿੰਨੀ ਵਾਰੀ ਤੁਸੀਂ ਚੈਂਪੀਅਨ ਹੋਏ ਹੋ? ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਇਸ ਸਾਲ ਵੀ, ਜੇਠ ਹੀ ਸਾਡੇ ਕਬੂਤਰ 8 ਵਜੇ ਤੱਕ ਬੈਠੇ ਨੇ ਜੀ। ਅਸਾਂ ਨੇ 41 ਘਰਾਂ ਨਾਲ ਸ਼ੌਕ ਸੀ, 39 ਘਰਾਂ ਤੋਂ ਅਸੀਂ ਮੁਕੰਮਲ ਬਾਜ਼ੀ ਜਿੱਤੇ ਹਾਂ, 2 ਘਰਾਂ ਨਾਲ ਸਾਡੀ ਬਾਜ਼ੀ ਬਰਾਬਰ ਰਹੀ ਹੈ ਔਰ ਅਕਤੂਬਰ ਵਿੱਚ ਸਾਡੇ ਭਾਈਜਾਨ 20 ਘਰਾਂ ਨਾਲ ਪਿਆਰੇ ਸੀ, 18 ਘਰਾਂ ਤੋਂ ਅਸੀਂ ਜਿੱਤੇ ਹਾਂ, 2 ਘਰਾਂ ਤੋਂ ਅਸੀਂ ਆ ਰਹੇ। ਜਿੰਦਾਬਾਦ ਜਿੰਦਾਬਾਦ। ਤੇ ਕਬੂਤਰ ਹਾਈਐਸਟ ਪਰਵਾਜ਼ ਕਿੰਨੇ ਵਜੇ ਤੱਕ ਇੱਥੇ ਬੈਠੇ? ਭਾਜਨ ਮੇਰੇ 7:49-7:50 ਤੱਕ ਕਬੂਤਰ ਬੈਠੇ ਨੇ, 8 ਵਜੇ ਟਾਈਮ ਹੈ ਜੇਠ ਹੀ। ਜਿਤਨੀਆਂ ਬਾਜ਼ੀਆਂ ਅਸੀਂ ਹੇਠਣੀਆਂ ਜਿੱਥੇ ਆ ਤਕਰੀਬਨ 7:30 ਤੋਂ ਪਾਰ ਹੀ ਕਬੂਤਰ ਬੈਠੇ। ਕੀ ਬਾਤ ਹੈ, ਮਾਸ਼ਾਅੱਲਾ ਮਾਸ਼ਾਅੱਲਾ। ਔਰ ਜੇਠ ਹੀ ਸਭ ਤੋਂ ਜ਼ਿਆਦਾ ਟੂਰਨਾਮੈਂਟ ਹੀ, 7 ਰੋਜ਼ਾ 5 ਰੋਜ਼ਾ ਜਿਤਨੇ ਟੂਰਨਾਮੈਂਟ ਸੀ ਸਭ ਤੋਂ ਜ਼ਿਆਦਾ ਐਵਰੇਜ ਸਾੜੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਕਿੰਨੀ ਐਵਰੇਜ ਜੀ? ਭਾਜਨ ਸਾਡੇ ਬਾਜ਼ੀਆਂ ਨੇ ਘੰਟੇ ਸਵੇਰ 10 ਵਜੇ ਤੋਂ ਬਾਅਦ ਸ਼ੁਰੂ ਹੋਣੇ ਨੇ। ਸਾਡੇ ਮਾਸ਼ਾਅੱਲਾ ਜਿਤਨੇ ਟੂਰਨਾਮੈਂਟ ਉੱਡੇ ਅਸੀਂ ਪਹਿਲੇ ਦੂਸਰੇ ਨੰਬਰ ਤੇ ਆਏ। ਠੀਕ ਹੋ ਗਿਆ। ਤੇ ਆਪਣਾ ਚਲੋ ਕਬੂਤਰਾਂ ਹਾਲ ਤੇ ਬਾਅਦ ਚ ਜਾਣੇ, ਜਿਹੜਾ ਜਿਹੜੇ ਨਾਲ ਦੋਸਤ ਬੈਠੇ ਇਹਨਾਂ ਦਾ ਵੀ ਤਾਰਫ ਕਰਾਓ। ਇਹ ਭਾਜਨ ਮੇਰੇ ਸ਼ਗਿਰਦ ਨੇ, ਵਾਲੇਕਮ ਸਲਾਮ, ਖਲੀਫਾ ਰਾਜਾ ਸ਼ਹਿਦ ਸਾਹਿਬ। ਅੱਛਾ ਜੀ। ਸਾਧ ਨੇ ਸਾਡੇ ਬਹੁਤ ਹੀ ਪਿਆਰੇ ਦੋਸਤ ਜੀ ਸ਼ਮਸ ਬਾਈ ਗੁਜਰ ਖਾਨ। ਸ਼ਮਸ ਬਾਈ ਠੀਕ ਹੈ। ਸਾਧ ਨੇ ਭਾਜਨ ਰਾਜਾ ਤੈਰ ਸਾਹਿਬ। ਵਾਲੇਕਮ ਅਸਲਾਮ। ਇਹਨਾਂ ਨੇ ਛਾਤੇ ਸੂਫੀਆਂ ਵਾਲੀ ਛਾਤੇ ਆਲਾਬਾਦ। ਆਲਾਬਾਦ। ਅੱਛਾ ਜੀ। ਸਾਧ ਮੇਰਾ ਭਤੀਜਾ ਬੈਠਾ ਜੀ ਰਾਜਾ ਅਸਲ। ਕੀ ਬਾਤ ਹੈ, ਕੀ ਬਾਤ ਹੈ, ਮਾਸ਼ਾਅੱਲਾ। ਭਾਜਨ ਅੱਜ ਕੱਲ ਤਿਆਰੀ ਤਿਆਰੀ ਸਾਰੀ ਜਿਤਨੇ ਸਿਸਟਮ ਹੈ ਜੀ, ਬੱਚਿਆਂ ਨੇ ਇਨਸ਼ਾਅੱਲਾ ਬਾਜ਼ੀਆਂ ਸਾਡੀਆਂ ਉੱਠਣੀਆਂ ਨੇ ਜੀ, ਪੰਜਾਬ ਵੀ ਸਾਡਾ ਸ਼ੌਕ ਹੈ ਤੇ ਸਾਰੀ ਤਿਆਰੀ ਇਨਸ਼ਾਅੱਲਾ ਅਸਲ ਆਵਾਜ਼ ਕਰਨਾ। ਕੀ ਬਾਤ ਹੈ, ਕੀ ਬਾਤ ਹੈ, ਮਾਸ਼ਾਅੱਲਾ। ਜ਼ਰਾ ਭਾਈ ਜੀ ਤੁਸੀਂ ਕੋਈ ਗੱਲਾਂ ਕਰ ਰਹੇ ਸੀ ਅਸੀਂ ਆਪਣੀ ਟੂਰਨਾਮੈਂਟ ਦੇ ਹਵਾਲੇ ਨਾਲ, ਥੋੜਾ ਜਿਹਾ ਆਪਣਾ ਦੱਸੋ ਕਿ ਉਸਤਾਦ ਦੀ ਸ਼ਗਿਰਦੀ ਚ ਆਉਣ ਤੋਂ ਬਾਅਦ ਕੀ ਕੋਈ ਤਬਦੀਲੀ ਆਈ ਹੈ ਤੁਹਾਡੇ ਸ਼ੌਕ ਚ? ਮੇਰਾ ਸ਼ੌਕ ਬਹੁਤ ਜ਼ਿਆਦਾ ਪ੍ਰਮੋਟ ਹੋ ਗਿਆ ਜੀ। ਅੱਛਾ ਜੀ। ਮੈਂ ਜਿਸ ਤਰ੍ਹਾਂ ਦਾ ਉਸਤਾਦ ਚਾਹੀਏ ਤਾਂ ਅੱਲਾਹ ਤਾਲਾ ਨੇ ਹਮੇ ਵੈਸੇ ਉਸਤਾਦ ਸੇ ਨਵਾਜ਼ਾ ਜੀ। ਮਾਸ਼ਾਅੱਲਾ। ਕਿਹਾ ਔਰ ਮਾਰੀ ਇੱਕ ਜਿਤਨਾ ਹਮਾਰੀ ਤੋਕੋ ਜੀ ਉਸ ਅੱਛਾ ਮਾਰਾ ਰਿਜ਼ਲਟ ਆਇਆ ਹੈ। ਜਿਸ ਟਾਈਮ ਹਮ ਸਜਾਦ ਭਾਈ ਕੀ ਸ਼ਗਿਰਦੀ ਮੈਂ ਆਏ ਹਾਂ ਜੀ, ਇਸ ਸਾਲ ਮਾਰਾ 47 ਗਰੋਸ ਜੇਠ ਕਾ ਸ਼ੌਕ ਹੁਆ ਔਰ 40 ਗਰੋਸ ਅਲਹਮਦੁਲਿਲਾ ਪੂਰੀ 8 ਪਲੱਸ ਐਵਰੇਜ ਹਮਨੇ ਵਿਨ ਕੀਆ। 3 ਘਰੋਂ ਸੇ ਹਮ ਬਾਜ਼ੀ ਆ ਰਹੇ ਹੈ ਜੀ ਔਰ 3 ਘਰੋਂ ਸੇ ਹਮਾਰਾ ਮੁਕਾਬਲੇ ਬਰਾਬਰ ਹੋਏ ਹੈ। ਇੱਕ ਘਰ ਬਾਬਾ ਜਾ ਫੋਤ ਕੀ ਬਰਾਬਰ ਰਹੀ ਹੈ ਜੀ ਬਾਜ਼ੀ। ਠੀਕ ਹੈ। ਅੱਲਾਹ ਕਾ ਸ਼ੁਕਰ ਹੈ ਕਿ ਹਮਾਰਾ ਜੇਠ ਮੇ ਹਮਾਰੇ ਨਜ਼ਦੀਕ 100% ਰਿਜ਼ਲਟ ਆਇਆ ਹਮਾਰਾ ਜੀ। ਕਿਤਨੇ ਵਜੇ ਤੱਕ ਕਬੂਤਰ ਬੈਠਦੇ ਰਹੇ? ਹਮਾਰੇ ਕਬੂਤਰ ਜੀ ਪਹਿਲੀ ਬਾਜ਼ੀ ਮੇ ਮੇਰੇ ਖਿਆਲ ਸੇ 7:00 ਕੋਈ 35-36 ਮਿੰਟ ਤੱਕ ਹਮਾਰੇ ਕਬੂਤਰ ਬੈਠੇ ਹੈ। 3 ਕਬੂਤਰ ਹਮਾਰੇ ਰਾਤ ਰਹਿ ਗਏ ਸਾਹਮਣੇ ਖੜੇ ਰਾਤ ਰਹਿ ਗਏ ਔਰ ਇੱਕ ਕਬੂਤਰ ਹਮਾਰਾ ਰਾਤ ਕੋ ਤਕਰੀਬਨ 9:45 ਕੇ ਕਰੀਬ ਬੈਠਾ ਹੈ। ਵੋ ਵੀ ਹਮਾਰਾ ਲੱਖਾ ਕਬੂਤਰ ਥਾ ਜੀ। ਹਮਾਰੇ ਪਾਸ ਜੋ ਕਬੂਤਰ ਉੜੇ ਹੈ ਉਹ ਤਕਰੀਬਨ ਸਾਰੇ ਕਬੂਤਰ ਉਸਤਾਦ ਜੀ ਕੇ ਘਰ ਕੇ ਹੈ। 90% ਕਬੂਤਰ ਉਸਤਾਦ ਜੀ ਕੇ ਘਰ ਕੇ ਜੀ ਉਡਾ ਰਹੇ ਹੈ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਉਸਤਾਦ ਜੀ ਬੜੀ ਮੁਹੱਬਤ ਕਰਤੇ ਹੈ, ਬੜੀ ਸ਼ਫਕਤ ਕਰਤੇ ਹੈ, ਬੜੀ ਰਹਿਨੁਮਾਈ ਕਰਤੇ ਹੈ ਜੀ। ਉਸਤਾਦੀ ਸ਼ਗਿਰਦੀ ਕੇ ਇਲਾਵਾ ਭਾਈਓਂ ਵਾਲਾ ਤਲਕ ਹੈ ਜੀ, ਹਰ ਚੀਜ਼ ਅੱਛੇ ਤਰੀਕੇ ਸੇ ਗਾਈਡ ਕਰਨੀ, ਯਾਨੀ ਮਾਰੀ ਕਾਮਯਾਬੀ ਮੇ ਜ਼ਿਆਦਾ ਹੱਥ ਮਾਰੇ ਉਸਤਾਦ ਕਾ ਜੀ। ਐਸੀ ਹੀ ਅਲਹਮਦੁਲਿਲਾ, ਬੜੀ ਅੱਛੀ ਬਾਤ। ਔਰ ਅਸੂ ਮੇ ਮਾਰਾ ਤਕਰੀਬਨ 72 ਘਰੋਂ ਸੇ ਸ਼ੌਕ ਹੁਆ, 15 ਕਬੂਤਰ ਵਾਲਾ ਪਿਆਰਾ ਮੇਰਾ 29 ਘਰੋਂ ਕੇ ਸਾਥ ਔਰ 28 ਘਰ ਅਲਹਮਦੁਲਿਲਾ ਹਮਨੇ ਵਿਨ ਕੀਏ ਜੀ। ਵੈਰੀ ਗੁੱਡ, ਵੈਰੀ ਠੀਕ ਹੈ। ਔਰ ਇਸ ਕੇ ਇਲਾਵਾ ਜੁਮਾਵਾਰ, ਨਾਗਾਵਾਰ ਹਮਾਰੇ ਹੋਏ ਟੂਰਨਾਮੈਂਟ, ਉਸ ਮੇ ਵੀ ਅੱਲਾਹ ਕਾ ਸ਼ੁਕਰ ਹੈ 1-to-1 ਮੁਕਾਬਲੇ ਹੋਏ, ਉਸ ਮੇ ਹਮਾਰਾ ਅੱਲਾਹ ਕਾ ਸ਼ੁਕਰ ਹੈ ਬਹੁਤ ਅੱਛਾ ਰਿਜ਼ਲਟ ਰਹਾ। ਅੱਛੇ ਘਰੋਂ ਕੇ ਸਾਥ ਸ਼ੌਕ ਕਰਤੇ ਹੈ ਔਰ ਅੱਛਾ ਸ਼ੌਕ ਕਰਤੇ ਹੈ। ਉਸਤਾਦ ਜੀ ਸੇ ਇੱਕ ਹੀ ਬਾਤ ਸਿੱਖੀ ਹੈ ਜੀ, ਫੇਅਰ ਸ਼ੌਕ ਕਰੇ, ਆਪਣੇ ਹਰੀਫ ਕੀ ਰਿਸਪੈਕਟ ਕਰੇ, ਜਿਤਨਾ ਆਪ ਆਪਣੇ ਹਰੀਫ ਕੋ ਇੱਜ਼ਤ ਦੇ ਸਕਤੇ ਹੈ ਇੱਜ਼ਤ ਦੇ, ਬਲਕਿ ਸ਼ੌਕ ਮੇ ਕਬੂਤਰੋਂ ਕੀ ਆਰਜ਼ੀ ਤੋਂ ਬੰਦੋ ਕੇ ਸਾਥ ਆਪਕਾ ਤਲਕ ਬੜਨਾ ਚਾਹੀਏ, ਖਤਮ ਨਹੀਂ ਹੋਣਾ ਚਾਹੀਏ ਜੀ। ਬਹੁਤ ਅੱਛਾ। ਜਿਨ ਕੇ ਸਾਥ ਆਪਕਾ ਸ਼ੌਕ ਹੋ ਰਹਾ ਹੈ ਉਨਕੇ ਪਾਸ ਜਾਏ, ਉੱਠਣਾ ਬੈਠਣਾ ਖੁਸ਼ੀ ਗਮੀ ਅਟੈਂਡ ਕਰੇ, ਉਨਕੀ ਉਹਨੇ
कबूतरों का जो मुकाबला है कबूतरों की हार जीत होगी उसके बाद खत्म। जी जी जी, बस ये हमने उस्ताद जी से सब बहुत अच्छी बदर की बात है। कबूतर जालों के पास आ गए हैं और 7 बजे के बाद 7:30 बजे के बाद भी बैठते रहे हैं जालों के। माशाल्लाह माशाल्लाह। जी सर जी, भाईजान का तारफ कराओ। नवीद क्या नहीं ना इंजीनियर नवीद नवाज की है। अच्छा जी, अच्छा जी, कबूतरबाजी जी उस्ताद हो रहा है। मैं एक नाक दिता ओदा बच्चा मैं चढ़ाया सुधा मौसम सी। हाँ जी, इस्लामाबाद बाकी मैं 5-6 कप उड़ाए सन सारे दूसरा पंजवा छेवा सारे नंबर लगे ना माशाल्लाह। उस्ताद होरां दी मेहरबानी है पिंडी इस्लामाबाद अजरो अटक चकवाल इस तमाम एरिया जेड़ा है ना सजाद उस्ताद दे जेड़े बच्चे सन जी ओ विन करके बैठे माशाल्लाह। यानी के बस इन्हां दे कबूतरां दा एक मसला है ए रात रह जांदे ना उस वजह नाल जेड़ा है ए थोड़ा जा मसले मसाल होंदे बाकी माशाल्लाह बड़े अच्छे कबूतर है माशाल्लाह। जी अल्लाह खैर करेगा इंशाल्लाह। चलिए छत्ते दिखाई सजाद भाई, तुसी कोई टूर्नामेंट वगैरा जेड़ा तुसी कह रहे सी कि पंजाब नू कोई बच्चियां दी भी बाजी शाजी ला रहे हो। जी जी, बाजी लग गई है पंजाब विच। आजो जरा उत्ते चल के डिटेल ना दसो किदे किदे ना बाजी तुसी लाई है। माशाल्लाह लो जी दोस्तों, बड़े आला कबूतर माशाल्लाह, बढ़िया वजह कता बड़े फेवरेट स्ट्रक्चर दे। अच्छा मुर्शिद, किदे किदे नाल बाजी लाई है? अजन पिछले बाजी लगी है उस्ताद मीर मुख्तियार खान साहब ने। अच्छा जी, और अजद चद्दड़ अफसाबाद। अच्छा जी, ते मास्टर मान शेखपुरा जिंदाबाद। सजाद डेरे का खूबसूरत मंजर है नजर आ रहा ना। हां जी, नेवल सजाद साहब द जना ने ले ली है ना, ए ग्रीनरी मुक गई हुण सिर्फ ए रह गई है थोड़ी जी सारे प्रवासी ने।
इंशाल्लाह जहन भी 2024 में भी शौक अच्छा देखने को मिलेगा और चेतन में इंशाल्लाह अच्छा शौक देखने को मिलेगा इंशाल्लाह। साजी मेनू तो अंदर आन दियो। हसन भाई एक मिनट रुकिएगा जरा। हसन भाई हसन भाई नहीं सर हसन हसन भाई चलो काट ले लो जी ए पुरानी सी छत सजाद भाई दी और थले अपने माल डंगर है इना दा ऐसन बस कर लॉक है ना जी ऐसन भाई अच्छा कोई लो जी देखो माशाल्लाह माशाल्लाह भाई सजाद ने कैसे आला कबूतर बना ले ने उस्तादा को लिया के और दूजी गल एक होर मैं तुहानू दसा कि लाखियां दा जिक्र उन्होंने किया सी लाखे वाकई बहुत शानदार कबूतर ने और मनान भाई की कारागरी भी नजर आ रही है मनान भाई दे लाखे जिंदाबाद और जी डैडी देखो माशाल्लाह बहुत अच्छा कबूतर है बस थोड़िया थोड़िया कटो कबूतर ज्यादा होने की वजह तो ना फिर एक दूजे उत्ते बेंदे है बंद करो दरवाजा लो जी माशाल्लाह उड़न वाली पट्ठियां देखो ऐसिया जोड़े च भी नहीं होंदिया कबूतरियां जैसिया भाई उड़ा रहे माशाल्लाह देखो मतिया सर जी माजिद आरब साहब तुहानू सलाम कह रहे है इंग्लैंड तो माशाल्लाह जी बहुत ही आला अच्छा जी हुण एक काम करियो किधर गए सजाद भाई एक है पहले नंबर वाली कबूतरी जिहड़ी खड़ी है एक जिहदे मोढे दे उत्ते रंग लगा ए वाली ठीक है दो है फड़ के दिखाओ एक जिहड़ा ना उधर कबूतर है उधर वो कबूतर है वो भी फड़ के दिखाना ए दूजे नंबर वाला ठीक है आओ फिर जरा फड़ो
दरवाजा बंद कर लो, खोल के अंदर वाड़ के फाड़ लो। खलीफा उमर साहब कह रहे जी बहुत आला बंदे ने सजाद भाई, खलीफा उमर अहमद। खलीफा साहब माशाल्लाह से खुद बहुत अच्छे हमारे प्यारे भाई हैं जी, बड़ा अच्छा शौक करते हैं। इधरों दूजे नंबर आला कबूतर फड़ो, लाखे दे नाल दा, लाखे दे नाल आला कबूतर फड़ो। दूसरी साइड से फड़ो इधर। प्योर ही लगी, प्योर निकली। हसीना है। हां जी हसीना उस्ताद निकारने। जी दोस्तों देख लो वाकई हसीना है, दूरों मैं निशाना लाया हसीना नु ही लग गया जी। जी खोलो जी पर। जी अमजद जफर भाई जरूर जी, क्यों नहीं इंशाल्लाह। की परफॉर्मेंस है सारे दी, फड़ के रखियो। क्यों जी माशाल्लाह बहुत अच्छी उड़नी है जी, अंधेरे तक बैठनी है। सबक है चार पर बहुत अल। अच्छा जी बिस्मिल्लाह। लो जी देखो तुम जो शौक कराया हसीना का, जी उस्ताद जी ये भी हसीना ही है। जी 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 पर दिखाओ। माशाल्लाह खोलो जी कुंदा, कबूतर फाड़ के रखो पर मैं खोल। जिंदाबाद। अच्छा जी एक सेकंड में कराना है। जी दोस्तों देखो दो हसीना
मूर्ता ही ने माशाल्लाह मूर्ता ही ने सुभान अल्लाह जी माशाल्लाह माशाल्लाह अल्लाह ताला बुरी नजर तो बचाए। बहुत अच्छे कबूतर ने सजाद भाई दे इन्हां नूं स्प्रिंग लवाओ दरवाजिआं नूं किसे वेले रात नूं ही पल्ला वज जाणा जे सारिआं दा ऐ ओह कबूतर नहीं है जिहड़ा मैं कहा सी ऐ होर तुसीं फड़िआ वो अंदर ही है कबूतर पर करो क्या बात है एंड कर गए माशाल्लाह छड़ो यार वो जेड़ा मैं कबूतर तन किया सी वो ते फड़े हो वो नहीं हो वो जेड़ा पहले नहीं रिंग वाला पड़या था हुन छड़या है वो नहीं ओदे इधर एक साइड दे उते पर काले है ओदे बाहरले चार पर काले है मिसाल इथे हुन ठीक कोई ऐसा कबूतर उस्ताद वाला जिन्हों उस्ताद ने कहा होवे कि समझ लो कि मुकम्मल ही तुहाडे कोल आ गए इस तों बाद कबूतरां दी जरूरत नहीं है खोलो जी कुंदा पर खोलो माशाल्लाह छड़ो जरा अंदर आओ सजाद भाई तुसी तुहानू मैं दसदा तुसी ओ फड़ो कबूतर बंद कर हसन एक मिनट रुक जरा मैं दसदा केड़ा कबूतर है किधर है बच्चे आ कबूतर है हसन है सफेद घड़ी है ये भी फड़ लो तुसी आप आ केड़ा हाथ तुहाडे केड़ा फड़े हसन भाई यही है यही है यही है ये छड़ो एक और भी मन ए कबूतर थले बैठा है लाल ठाल वाला ओदी गल कर रहा है मैं फड़ो अंदर नहीं नहीं चलो छोड़ दो लो जी प्यारे हो देखो कैसे बब्बर शेर कबूतर बनाए सजाद भाई ने ए कबूतर एक मेरा फेवरेट अंदर फिरता पिया सी ते मैं क्या मैं अपने पसंद वाले कबूतर दा भी तुहानू शौक करावां मैं फड़ के नहीं देखिया लेकिन कबूतर कह रहा सीगा कि भाई मैनू लाजमी देखो तो मैं कहा यार मैं तुहानू शौक करावां दोस्तां नू सहत भाई की परफॉर्मेंस है इहदी बच्चे ने काफी उड़िया चेतर विच माशाल्लाह अच्छा बहुत अच्छा है उड़िया चेतर दे बाजी दे विच ठीक है हाले तुक्का सही लग गया इहदा मतलब पार्क खोलो जी इधर लो जी देखो कैसे माशाल्लाह कंप्लीट पा रहा है दे। तुसी फड़ो जरा मैं शौक करा वैसे ही फड़ के रखो दिखाओ जरा तुसी ठल नहीं पाई नंबर नहीं पाया लो जी दोस्तों मेरे हल करो जी कैमरा जरा ऐसा कबूतर है इंशाल्लाह ताला दी जिंदगी रही ते ए शहर जितने वाला कबूतर है और स्ट्रक्चर दे हिसाब ना ब्लड लाइन दे हिसाब ना कंप्लीट कबूतर और फिर सब तो मजे दी गल है कि अपने प्योरिटी दे लेवल दे विच बिल्कुल प्योर कबूतर है बड़ा ही मजा आया यकीन करो चुमिया इस कबूतर नु देख के मजा आया वाकई ये कबूतर दा पुत्र है और बहुत आला बहुत ही आला माशाल्लाह जोड़ा लग गया
लो जी देखो मैं जिस कबूतर का तुम शौक कराया फट के आप भी किया जी सर लाखे का शौक कराना लो जी लाखे मनान भाई आले जी 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 उस्ताद मनान भाई सलार विरदक दे नाते आईडी है फेसबुक ते उनां दी मेरे वड्डे भाई ने बहुत अच्छे इंसान ने बड़े अच्छे कबूतर ने उनां दे कोल जी माशाल्लाह जी दोस्तों मैं कह के कबूतर मंगवाया भाई को कि कोई ऐसा कबूतर का शौक करा जिन्हों उस्ताद अहमद कम्मा ने कहा हो लै जाओ इस तो बाद हुण जिहड़ा ना कबूतरा दी लोड़ कोई नहीं था खोलो पर माशाल्लाह ए उस कबूतर दा की लगदा है जी ओ लादा है ये हसीना कबूतर हसीना ने हसीना जी माशाल्लाह जी सर पर दो क्या बात ये ब्रीडर है ये उड़ान वाला उड़न वाला बड़े वाला पार ने माशाल्लाह जी उस्ताद जी ये कबूतर का की ना है एदा की ना है कबूतर है जी माशाल्लाह वापसियां भी बेहतरीन क्यों सजाद भाई वापसियां कैसी हैं इनदियां माशाल्लाह बहुत अच्छी हैं जी चलो माशाल्लाह जबरदस्त ठीक छोड़ दियो जी दोस्तों देखिया तुसी शौक उस्तादां दा और बड़े मुख्तसर जे टाइम दे विच इन्होंने बड़े लेवल दे कबूतर जेड़े ने ना वो मेंटेन कर ले और तादाद बना ली माशाल्लाह कबूतरां दी ते इह सी जनाब एक मुख्तसर जिहा साडा जे शौक सजाद भाई दा इंशाल्लाह तुहानूं जित्तणगे चैंपियन बणनगे इन्हां नूं मोहरां लग्गियां फिर दोबारा आवांगे इन्हां दे कोल लै के इंशाल्लाह जी सजाद भाई की कहना चाहोगे पिंडी दे शौकीनां नूं पाकिस्तान दे शौकीन बंदियां नूं ਪਹਿਲਾਂ ਸਾਰੇ ਹਮੇਸ਼ਾ ਸਾਰੇ ਸ਼ੌਕੀਨ ਬੰਦਿਆਂ ਨਾਲ ਇਹ ਰਿਕੁਐਸਟ ਹੈ ਜੀ ਕਿ ਹਮੇਸ਼ਾ ਅੱਛਾ ਸ਼ੌਕ ਕਰੋ ਜੀ ਸ਼ੌਕ ਹੀ ਭਾਈਜਨ ਬੇਈਮਾਨੀ ਲੜਾਈ ਝਗੜਾ ਇਸ ਕਿਸਮ ਦੇ ਕੰਮ ਨਹੀਂ ਹੋਣੇ ਚਾਹੀਦੇ ਫਿਰ ਸ਼ੌਕ ਕਰੋ ਔਰ ਆਪਣੇ ਮੁਖਾਲਫ ਦੀ ਹਮੇਸ਼ਾ ਇੱਜ਼ਤ ਕਰੋ ਤੁਹਾਡਾ ਤੁਸੀਂ ਅੱਛਾ ਸ਼ੌਕ ਕਰਨਾ ਚਾਹੁੰਦੇ ਹੋ ਤੁਹਾਡਾ ਪੂਰੇ ਪਿੰਡੀ ਦੇ ਵਿੱਚ ਬਿਹਤਰੀਨ ਹਰੀਫ ਕਿਹੜਾ ਹੈ ਜਿਸ ਨਾਲ ਬਾਜ਼ੀ ਖੇਡਣ ਦਾ ਤੁਹਾਨੂੰ ਮਜ਼ਾ ਆਉਂਦਾ ਭਾਈਜਨ ਇੱਥੇ ਕਾਫੀਆਂ ਛੱਤਾਂ ਨੇ ਸਾੜੀਆਂ ਜਿਨ੍ਹਾਂ ਨਾਲ ਸ਼ੌਕ ਹੋਇਆ ਹੈ ਤੇ ਮਾਸ਼ਾਅੱਲਾ ਸਾਰੇ ਹੀ ਅੱਛੇ ਸਾਡੇ ਭਾਈ ਜਿਹੜੇ ਸ਼ੌਕ ਕਰਨੇ ਨੇ ਅੱਛਾ ਸ਼ੌਕ ਹੈ ਸਾਰਿਆਂ ਦਾ ਭਾਈ ਜਾਨ ਸਾਡੀ ਇੱਜ਼ਤ ਕਰਨੇ ਨੇ ਸਾਰੇ ਆਸੀ ਵੀ ਉਹਨਾਂ ਨੇ ਇੱਜ਼ਤ ਕਰਨੇ ਆ ਜਿੰਦਾਬਾਦ ਜਿੰਦਾਬਾਦ ਆਪਣੇ ਉਸਤਾਦ ਵਾਸਤੇ ਕੀ ਕਹਿਣਾ ਚਾਹੋਗੇ ਕੋਈ ਤਾਰੀਖੀ ਅਲਫਾਜ਼ ਉਹਨਾਂ ਦੇ ਮਾਜਦ ਅਲ ਬਲੋਸ਼ੀ ਸਾਹਿਬ ਔਰ ਇਸ ਤਰ੍ਹਾਂ ਸਾਰੇ ਦੋਸਤ ਜਿਹੜੇ ਨੇ ਦੇਖ ਵੀ ਰਹੇ ਨੇ ਤੇ ਆਪਣੇ ਉਸਤਾਦ ਲਈ ਕੀ ਕਹਿਣਾ ਚਾਹੋਗੇ ਮਾਸ਼ਾਅੱਲਾ ਜੀ ਸਾਡਾ ਉਸਤਾਦ ਹੈ ਬੜਾ ਲੈਜੈਂਡ ਉਸਤਾਦ ਹੈ ਉਸਨੇ ਜ਼ੇਰੇ ਨਿਗਰਾਨੀ ਜਦੋਂ ਤੇ ਅਸੀਂ ਸ਼ੌਕ ਕਰਨੇ ਪਏ ਮਾਸ਼ਾਅੱਲਾ ਸਾਡਾ ਸ਼ੌਕ ਬਹੁਤ ਹੀ ਅੱਛਾ ਹੈ ਔਰ ਉਸਤਾਦ ਸਾਡਾ ਬਹੁਤ ਹੀ ਨਫੀਸ ਬੰਦਾ ਹੈ ਮਾਸ਼ਾਅੱਲਾ ਮਾਸ਼ਾਅੱਲਾ ਜ਼ਿੰਦਾਬਾਦ ਜੀ ਬਹੁਤ ਸ਼ੁਕਰੀਆ
लो जी दोस्तों, ये अपना सजाद भाई का शौक और दोस्त टीम हमेशा ही इन्हों के नाल इन्हों के कोल इस तरह ही होंगी है। इंशाल्लाह ताला जिस तरह इन्हों की यूनिटी है, जिस तरह इन्हों के ग्रुप ने, जिस तरह इन्हों का आपस इतफाक है, इंशाल्लाह बहुत ही अगे जाएंगे। कर तो अच्छा जी दोस्तों, ये उड़न वाले कबूतरा का शौक से हूँ।